हेलो माय फ्यूचर बर्ड्स वेलकम बैक टू माय चैनल जीवन की मेथड दसया ही सीगा ਵੀ ਮੈਂ ਰੋਜ਼ ਦੇ 20 ਕੁਐਸਚਨਸ ਐਨਟੀਐਸਸੀ ਦੇ ਪਾਉਂਗੀ 5 ਮੈਂਟਲ ਅਬਿਲਿਟੀ ਦੇ 5 ਮੈਥ ਦੇ 5 ਸਾਇੰਸ ਦੇ ਤੇ 5 ਐਸਐਸਟੀ ਦੇ ਮੈਂਟਲ ਅਬਿਲਿਟੀ ਤੇ ਸਾਇੰਸ ਦੇ ਕੁਐਸਚਨਸ ਤਾਂ ਮੈਂ ਅਪਲੋਡ ਕਰ ਚੁੱਕੀ ਆ ਹੁਣ ਮੈਂ ਪਾ ਰਹੀ ਆ ਐਸਐਸਟੀ ਦੇ ਕੁਐਸਚਨਸ ਤਾਂ ਅੱਜ ਆਪਾਂ ਇਹ ਆ ਵਾਲੇ 5 ਕੁਐਸਚਨਸ ਨੇ ਜਿਹੜੇ ਇਹ ਆਪਣੇ ਸਟੇਟ ਲੈਵਲ ਟੈਸਟ 2019 ਦੇ ਨੇ ਅੱਜ ਦੇ ਆ ਸਿਰਫ ਤੁਹਾਨੂੰ ਪੰਜ ਕੁਐਸਚਨਸ ਹੀ ਕਰਵਾਉਂਗੇ ਇਸ ਵੀਡੀਓ ਦੇ ਵਿੱਚ ਬਾਕੀ ਦੇ ਪੰਜ ਕੁਐਸਚਨਸ ਮੈਂ ਅਗਲੀ ਵੀਡੀਓ ਦੇ ਵਿੱਚ ਪਾਉਂਗੀ ਰੋਜ਼ ਦੇ 20 ਕੁਐਸਚਨਸ ਤੁਹਾਨੂੰ ਆਣਗੇ ਠੀਕ ਹੈ ਜੀ ਇਸ ਨਾਲ ਆਪਣੀ ਰਿਵੀਜ਼ਨ ਹੋ ਜਾਏਗੀ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਹੂ ਵਾਸ ਦਾ ਫਰਸਟ ਵਾਈਸ ਰాయਲ ਆਫ ਇੰਡੀਆ ਆਪਣੇ ਭਾਰਤ ਦਾ ਭਾਰਤ ਦੇ ਪਹਿਲੇ ਵਾਈਸ ਰਾਏ ਦਾ ਨਾਮ ਕੀ ਸੀ ਤਾਂ ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ ਯਾਦ ਕਰੋ ਮੇਰੇ ਨਾਲ ਇਹਨੂੰ ਚਾਰਲਸ ਜான் ਕੈਨਿੰਗ ਚਾਰਲਸ ਜான் ਕੈਨਿੰਗ ਚਾਰਲਸ ਜான் ਕੈਨਿੰਗ ਯਾਦ ਹੋ ਗਿਆ ਜੀ ਫਰਸਟ ਵਾਈਸ ਰॉय ऑफ इंडिया वाज ਚਾਰਲਸ ਜான் ਕੈਨਿੰਗ ਅਗਲਾ ਕੁਐਸਚਨ ਹੈ ਬਾਏ ਵਿਚ ਨੇਮ ਵਾਸ ਪੰਜਾਬ ਨੋਨ ਇਨ ਰਾਮਾਇਣ ਐਂਡ ਮਹਾਭਾਰਤ ਮਹਾਭਾਰਤ ਔਰ ਰਾਮਾਇਣ ਕੇ ਸਮੇਂ ਪੰਜਾਬ ਕੋ ਕਿਸ ਨਾਮ ਸੇ ਜਾਣਾ ਜਾਤਾ ਥਾ ਰਾਮਾਇਣ ਤੇ ਮਹਾਭਾਰਤ ਦੇ ਪੰਜਾਬ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਮੈਨੇ ਕੁਐਸਚਨ ਹਿੰਦੀ ਮੀਡੀਅਮ ਚ ਰਿਪੀਟ ਕਰਤਾ ਜੇ ਕੋਈ ਦੇਖ ਰਿਹਾਤਾ ਵੈਸੇ ਤਾਂ ਆਪਾਂ ਇੰਗਲਿਸ਼ ਤੇ ਪੰਜਾਬੀ ਜ਼ਿਆਦਾ ਕਰਦੇ ਆ ਬਸ ਵੈਸੇ ਕਰਤਾ ਮੈਂ ਹਿੰਦੀ ਚ ਵੀ ਠੀਕ ਹੈ ਤੇਦਾ ਆਏਗਾ ਪੰਚਨਦ ਪੰਚਨਦ ਠੀਕ ਹੈ ਜੀ ਅਗੇ ਹੈ ਇਨ ਵਿੱਚ ਇਅਰ ਵਾਸ ਗੁਰੂ ਤੇਗ ਬਹਾਦਰ ਜੀ ਬੋਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿਹੜੇ ਸਾਲ 'ਚ ਹੋਇਆ ਸੀ 1621 ਯਾਦ ਰੱਖੋ ਮੇਰੇ ਨਾਲ 1621 ਅਗੇ ਹੈ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਰੋ ਹੋਇਆ 1621 ਠੀਕ ਹੈ ਦੋਨੋਂ ਮੀਡੀਅਮ ਆਪਾਂ ਨਾਲ ਲੈ ਕੇ ਚੱਲਣੇ ਆ ਅਗੇ ਹੈ ਟੂ ਹੂਮ ਡਿਡ ਗੁਰੂ ਹਰ Rai ਜੀ ਸੈਂਟ ਦਿੱਲੀ ਵੈਨ ਹੀ ਵਾਸ ਕੋਲਡ ਬਾਈ ਮੁਗਲ ਐਂਪੀਰਔਰੰਗਜ਼ੇਬ ਜਦੋਂ ਗੁਰੂ ਹਰ Rai ਜੀ ਨੂੰ ਔਰੰਗਜ਼ੇਬ ਦੁਆਰਾ ਦਿੱਲੀ ਬੁਲਾਇਆ ਗਿਆ ਸੀ ਤਾਂ ਗੁਰੂ ਜੀ ਨੇ ਕਿਹਨੂੰ ਭੇਜਿਆ ਸੀ ਦਿੱਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਉਣ ਤੇ ਗੁਰੂ ਸਾਹਿਬ ਨੇ ਕਿਸ ਨੂੰ ਦਿੱਲੀ ਭੇਜਿਆ ਤੇਦਾ ਆਨਸਰ ਕੀ ਆਏਗਾ RAM Rai ਕੀ ਆਏਗਾ RAM Rai ਅਗਲਾ ਹੈ who is credited for demanding swaraj from the congress ਪਲੇਟਫਾਰਮ ਫॉर ਦੀ ਫਰਸਟ ਟਾਈਮ ਕਹਿੰਦੇ ਕਿ ਨੂੰ ਮੰਨਿਆ ਜਾਂਦਾ ਹੈ ਵੀ ਹਾਂ ਉਹਨਾਂ ਨੇ ਸਵਰਾਜ ਮੰਗਿਆ ਸੀ ਕਾਂਗਰਸ ਪਲੇਟਫਾਰਮ ਤੋਂ ਪਹਿਲੀ ਵਾਰ ਪੰਜਾਬੀ ਮੀਡੀਅਮ ਚ ਮੈਂ ਰੀਡ ਕਰ ਦਿੰਨੀ ਆ ਕੁਐਸਚਨ ਪਹਿਲੀ ਵਾਰ ਕਾਂਗਰਸ ਦੇ ਮੰਚ ਤੋਂ ਸਵਰਾਜ ਦੀ ਮੰਗ ਕਰਨ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਤਾਂ ਉੱਦਾਏਗਾ ਸੀ ਆਪਸ਼ਨ ਦਾਦਾ ਭਾਈ ਨਰੋਜੀ ਦਾਦਾ ਭਾਈ ਨਰੋਜੀ ਤਾਂ ਆਈ ਹੋਪ ਤੁਹਾਨੂੰ ਪੰਜੋਂ ਦੇ ਪੰਜੋਂ ਕੁਐਸਚਨ ਸਮਝ ਆਏ ਹੋਣਗੇ ਮੈਂ ਕੀ ਚਾਹਨੀ ਆ ਵੀ ਥੋੜੀ ਥੋੜੀ ਜਿਹੀ ਰਿਵੀਜ਼ਨ ਹੋਈ ਜਾਵੇ ਨਾਲ ਨਾਲ ਪਾਣ ਨੂੰ ਤਾਂ ਮੈਂ ਇੱਕ ਵਾਰ ਚ ਸਾਰੇ ਕੁਐਸ਼ਨਸ ਪਾਦਾ ਬਟ ਫਿਰ ਉਹ ਤੁਸੀਂ ਦੇਖੋਗੇ ਨਹੀਂ 5 5 ਕੁਐਸ਼ਨਸ ਰੋਜ਼ ਦੇ ਕਰਨੇ ਕੋਈ ਜ਼ਿਆਦਾ ਔਖੇ ਨਹੀਂ ਤੁਹਾਡੀ ਰਿਵੀਜ਼ਨ ਹੋਈ ਜਾਏਗੀ ਠੀਕ ਹੈ ਤੇ ਜੇ ਤੁਹਾਨੂੰ ਅਗਲੇ ਪਾਰਟਸ ਚਾਹੀਦੇ ਨੇ ਤਾਂ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਦਾ ਵੀਡੀਓ